ਅੱਜ ਅਸੀਂ ਪਹੁੰਚੇ ਹਾਂ ਲੁਧਿਆਣੇ ਸਰਦਾਰ ਜੀ ਟੋਏਸ ਤੇ ਇਹਨੇ ਸਾਡੇ ਨਾਲ ਭਾਈ ਦਾ ਨਾਮ ਹੈਗਾ ਜੀਨੀਅਰ ਤੇ ਯਾਰ ਤੁਸੀਂ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਟੋਏਸ ਹੈ। ਵੈਲਕਮ ਬੈਕ ਟੂ ਦੀ ਚੈਨਲ ਗਾਇਸ, ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ, ਮੈਂ ਵੀ ਬਿਲਕੁਲ ਠੀਕ ਹਾਂ। ਤੇ ਅੱਜ ਦਾ ਵਲੋਗ ਬਹੁਤ ਹੀ ਦਿਲਚਸਪ ਹੋਣ ਜਾ ਰਿਹਾ ਯਾਰ, ਕਿਉਂ ਕਿਉਂਕਿ ਯਾਰ ਤੁਸੀਂ ਟੋਏਸ ਦੇਖ ਸਕਦੇ, ਇਹ ਤਾਂ ਹਾਲੇ ਮਤਲਬ ਕਿ ਸਟਾਰਟਿੰਗ ਆ, ਹਾਲੇ ਆਰਸੀ ਕਾਰ ਆਉਣੀਆਂ ਨੇ, ਹੋਵਰਬੋਰਡ ਆਉਣੇ ਨੇ, ਇਧਰਲੀ ਸਾਈਡ ਸਾਈਕਲਸ ਨੇ, ਆ ਦੇਖ ਸਕਦੇ ਤੁਸੀਂ ਸਾਰੀਆਂ। ਸੋ ਇੱਧਰ ਖੋਲ ਰੱਖੇ ਨੇ ਆਪਾਂ ਆਰਸੀ ਕਾਰਸ, ਦੇਖ ਸਕਦੇ ਤੁਸੀਂ। ਸੋ ਇਹ ਸਾਰੇ ਦਿਖਾਵਾਂਗੇ ਤੁਹਾਨੂੰ ਵਲੋਗ ਦੇ ਵਿੱਚ, ਵਲੋਗ ਨੂੰ ਪੂਰਾ ਦੇਖਿਓ। ਤੇ ਇੱਧਰ ਪਈਆਂ ਹੋਣੀਆਂ ਸਕੂਟੀਆਂ। ਪੂਰੀ ਫੀਲਿੰਗ ਫੁੱਲ ਲੈਂਬੋਰਗਿਨੀ, ਕਿਆ ਬਾਤ ਹੈ। ਤੇ ਭਾਈ ਇਹਦਾ ਪ੍ਰਾਈਸ ਕਿੰਨਾ? 9500 ਜੀ, 9500 ਪੈਸੇ। ਗੇਅਰ ਵੀ ਹੈਗੇ? ਹਾਂ, ਗੇਅਰ ਲੀਵਰ ਚੈੱਕ ਕਰੋ ਇਧਰੋਂ, ਫੋਰਵਰਡ ਸਟਾਪ ਤੇ ਬੈਕ। ਆ ਦੇਖੋ ਆਪਸ਼ਨ ਹੈ, ਕਿਆ ਫੀਲ। ਹਾਂਜੀ, ਆਪਸ਼ਨ ਹੈ ਪੈਨ ਡਰਾਈਵ, ਮੈਮਰੀ ਕਾਰਡ, ਆਓ ਗਾਣੇ ਸੁਣ ਸਕਦੇ, ਗਾਣੇ ਵੀ ਚੱਲਦੇ ਆ, ਪੰਜਾਬੀ ਗਾਣੇ ਸੁਣਦੇ। ਕਿਆ ਬਾਤ, ਗਾਣੇ ਵੀ ਚੱਲਦੇ ਆ, ਬਲੂਟੁੱਥ ਵੀ ਚੱਲਦਾ ਹੈ। ਬਲੂਟੁੱਥ ਨਹੀਂ ਪੈਨ ਡਰਾਈਵ ਲਗਾ ਕੇ ਤੁਸੀਂ ਗਾਣੇ ਵਗੈਰਾ ਵੀ ਚਲਾ ਸਕਦੇ, ਸਪੀਕਰ ਬਹੁਤ ਮਸਤ ਆ। ਇੱਕ ਵਾਰ ਤੁਹਾਨੂੰ ਚਲਾ ਕੇ ਦਿਖਾਉਂਦੇ ਥੋੜੀ ਹੋਣ ਕਰਕੇ, ਕੀ ਹੋਣ ਕਰੇ ਉਹਨੂੰ ਇੱਧਰ। ਗੱਡੀਆਂ ਚੈੱਕ ਕਰੋ ਕਿੰਨੀਆਂ ਘੈਂਟ ਘੈਂਟ, ਸਾਊਂਡ ਚੈੱਕ ਕਰੋ। ਓਹੋ, ਫਰੰਟ ਲੁੱਕ, ਕਿਆ ਬਾਤ ਹੈ ਭਾਈ। ਇੱਕ ਵੀ ਲੌਂਗ ਪ੍ਰੈਸ ਲੱਗਾ ਬੜੀ ਪਿਛਾਰੇ ਕਰੇ ਕਰੀ। ਆਵਾਜ਼ ਸੁਣੋ ਯਾਰ, ਆਵਾਜ਼ ਇੱਧਰ ਲੱਗ ਗਿਆ। ਰੀਅਲ ਵਾਇਸ ਇੱਧਰ ਤੇ ਹਾਫ ਆਰਨ, ਕਿਆ ਬਾਤ ਹੈ, ਕਿੱਡੀ ਘੈਂਟ ਲੁੱਕ ਆ ਯਾਰ। ਤੇ ਜਿੰਨੀਆਂ ਵੀ ਸਾਰੀਆਂ ਗੱਡੀਆਂ ਭਾਈ, ਇਹਨਾਂ ਦਾ ਪ੍ਰਾਈਸ ਕੀ ਆ? ਬੈਟਰੀ ਖਰੀਦਣ ਵਾਸਤੇ ਆਇਆ ਸੀ, ਪਰ ਸਾਹਮਣੇ ਆਰਸੀ ਕਾਰ ਦੇਗੀ, ਸੋ ਪਲਾਨ ਬਣ ਰਿਹਾ ਕਿ ਹੋਵਰਬੋਰਡ ਦੀ ਬੈਟਰੀ ਰਹਿਣ ਦਾ ਤੇ ਆਰਸੀ ਕਾਰ ਚੱਕ ਲਾ। ਵੈਸੇ ਤਾਂ ਮੈਂ ਆਲਰੇਡੀ ਬਾਏ ਕੀਤੀਆਂ ਹੋਈਆਂ ਨੇ ਬੈਂਗਲੁਰੂ ਤੋਂ, ਉਹ 2-2.5 ਮਹੀਨੇ ਤੱਕ ਹੋਣੀਆਂ। ਸੋ ਆਜੋ, ਤੁਹਾਨੂੰ ਦਿਖਾਉਂਦੇ ਆਰਸੀ ਕਾਰ, ਆਜੋ ਭਾਜੀ। ਆਰਸੀ ਕਾਰ ਤੋਂ ਪਹਿਲਾਂ ਤੁਹਾਨੂੰ ਦਿਖਾਉਂਦੇ ਹੋਰ ਬੋਰਡ ਯਾਰ, ਸਟਿਕ ਵਾਲਾ। ਸੋ ਗਾਈਜ਼, ਇਹ ਆ ਸਟਿਕ ਵਾਲਾ ਹੋਵਰ ਬੋਰਡ। ਸੋ ਇਹ ਹੋਵਰ ਬੋਰਡ ਵਿੱਚ ਸਪੀਡ ਵੀ ਤੁਸੀਂ ਦੇਖ ਸਕਦੇ ਕਿੰਨੀ ਸਪੀਡ ਨਾਲ ਚੱਲ ਰਿਹਾ, ਬੈਟਰੀ ਵੀ ਦੇਖ ਸਕਦੇ ਕਿੰਨੇ ਪਰਸੈਂਟ ਬੈਟਰੀ ਆ। ਸੋ ਇਹਦੇ ਵਿੱਚ ਗਾਣੇ ਵੀ ਚੱਲਦੇ ਨੇ, ਬਲੂਟੁੱਥ ਵੀ ਹੈਗਾ ਨਾ ਭਾਈ ਇਹਦੇ ਵਿੱਚ? ਸੋ ਬਲੂਟੁੱਥ ਮੇਰੇ ਵਾਲੇ 'ਚ ਵੀ ਹੈਗਾ ਯਾਰ, ਮੈਂ ਆਪਣੇ ਯਾਰਾਂ ਸਾਨੂੰ ਫੜਾਇਆ, ਉਹਨਾਂ ਨੇ ਬੇੜਾ ਗਰਕ ਕਰਤਾ ਮੇਰੇ ਵਾਲੇ ਦਾ। ਹੁਣ ਉਹਦੀ 4500 ਦੀ ਬੈਟਰੀ ਆ ਤੇ ਨਵਾਂ ਹੈਗਾ 9000 ਦਾ। ਹੁਣ ਮੈਂ ਸੋਚ ਰਿਹਾ ਕਿ ਬੈਟਰੀ ਪਵਾਵਾਂ ਕਿ ਨਾ ਪਵਾਵਾਂ। ਲੈਟ ਮੀ ਡਰਾਈਵ ਦਿਸ। ਰੈਸ਼ ਹੋਰ ਆ ਜਾ, ਮੈਂ ਧਿਆਨ ਨਾਲ ਇਹਨੇ ਡਿੱਗਣਾ ਹੀ ਚੰਨ ਭਾਈ, ਫੜ ਲਿਓ ਨਾ। ਹਣਾ ਡਰ ਲੱਗਦਾ ਨਾ, ਪਿੱਛੇ ਪਿੱਛੇ ਲੈ ਕੇ ਜਾ, ਪਿੱਛੇ ਲੈ ਕੇ ਜਾ। ਸੋ ਹੁਣ ਆ ਗਿਆ ਸਾਡੇ ਕੋਲ ਛੋਟੇ ਵਾਲਾ ਹੋਵਰ ਬੋਰਡ, ਇਹਦਾ ਪ੍ਰਾਈਸ ਹੈਗਾ 9500। ਤੇ ਜਿਹੜਾ ਮੇਰੇ ਕੋਲ ਹੈ ਨਾ ਸੇਮ ਮਾਡਲ ਆ, ਬਸ ਇਹਦੇ ਥੋੜਾ ਫੰਕਸ਼ਨ ਜ਼ਿਆਦਾ। ਇਹਦੀ ਲਾਈਟਨਿੰਗ ਵੇਖੋ ਯਾਰ, ਥੱਲੇ ਆਓ ਥੱਲੇ ਆਓ। ਇੱਧਰ ਵੀ ਲਾਈਟ ਚੱਲ ਰਹੀ ਆ, ਆ ਵੀ ਲਾਈਟ ਆ, ਤੇ ਇਸ ਫਰੰਟ ਤੇ ਵੀ ਹੈਗੀ ਲਾਈਟ ਆ, ਬੈਕ ਤੇ ਆ। ਤੇ ਇਹਦੇ ਵਿੱਚ ਗਾਣੇ ਵੀ ਚੱਲਦੇ ਨੇ ਬਲੂਟੁੱਥ ਨਾਲ। ਸੋ ਹੁਣ ਤੁਹਾਨੂੰ ਦਿਖਾਉਂਦੇ ਆ ਆਰਸੀ ਕਾਰਸ ਯਾਰ, ਥੱਲੇ ਉਹ ਆ ਦੇਖੋ। ਤੇ ਇਹ ਸਾਰੀਆਂ ਹੈਗੀਆਂ ਪਲਾਸਟਿਕ ਵਾਲੀਆਂ, ਆ ਦੇਖੋ ਭਾਈ। ਆ ਵਾਲੀ ਕਿੰਨੇ ਦੀ ਆ? 1650 ਦੀ ਰੇਂਜ 'ਚ। ਓਕੇ, ਆ ਵਾਲੀ 1850 ਦੀ ਰੇਂਜ 'ਚ, 2000 ਦੀ ਰੇਂਜ 'ਚ,
कार मस्त है यार भाई, यार की प्राइस है 1650 दी। एडी बैटरी कितनी देर निकलती? बैटरी आधा घंटा पूरी। चार्ज कितनी देर करनी? डेढ़ घंटा। फट गया होया सो तां करके उतारिया। वैसे तो सारा स्टोर सैनिटाइज है ना भाई, बिलकुल प्रोपरली अभी हाथ भी सैनिटाइज करके आए हैं। तो इधर कोई चक्कर नहीं है, वधिया यार। इधर करांगे ना, इधर होगा। ये स्लिप तां कर रहा क्योंकि यार टाइल ना होना, टाइल तो पकड़ नहीं बन गया। देखिए ਬਾਕੀ ਬੈਟਰੀ ਕਿੰਨੇ ਦੇਰ ਕੱਢਦੀ ਆ? ਅੱਧਾ ਘੰਟਾ ਕੱਢੇਗੀ, ਡੇਢ ਘੰਟਾ ਚਾਰਜ ਕਰਕੇ। ਇਹਦਾ ਪ੍ਰਾਈਸ ਕਿੰਨਾ ਭਾਜੀ? 3500 ਰੁਪਏ। ਇਹਦਾ ਪ੍ਰਾਈਸ ਹੈਗਾ 3500 ਰੁਪਏ। ਹੁਣ ਆਪਾਂ ਬਾਹਰ ਟਰਾਈ ਕਰਨ ਵਾਸਤੇ ਆਏ ਆ ਸੜਕ ਤੇ। ਉਹ ਦੇਖ ਚੱਲ ਪਿੱਛੇ ਅੱਗੇ ਅੱਗੇ ਕਰ। ਬਾਹਰ ਵੀ ਭੱਜ ਰਹੀ ਆ। बैटरी लो है भाई।